11 ਮਹੀਨੇ ਤੋਂ ਵਦੇਰਾ ਸਮਾਂ ਹੋ ਚੁੱਕਿਆ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ ਉਧਰ ਹੀ ਬੈਰੀਕੇਡਿੰਗ ਕੀਤੀ ਗਈ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀਆਂ ਪਾਈਆਂ ਗਈਆਂ ਕੁਝ ਲੋਕਾਂ ਨੇ ਅਰਜ਼ੀ ਪਾਈ ਕਿ ਕਿਸਾਨਾਂ ਨੂੰ ਇਥੋਂ ਉਠਾਇਆ ਜਾਵੇ ਇਹ ਰਾਹ ਖਲਵਾਇਆ ਜਾਵੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਕਿਸਾਨਾਂ ਨੂੰ ਆਪਣੇ ਹੱਕ ਮੰਗਣ ਦਾ ਅਧਿਕਾਰ ਤਾਂ ਹੈ ਪਰ ਰਾਸ਼ਟਰੀ ਮਾਰਗ ਨਹੀਂ ਰੋਕੇ ਜਾ ਸਕਦੇ ਸੋ ਇਸ ਤੋਂ ਬਾਅਦ ਰਕੇਸ਼ ਤਕੈਤ ਵੱਲੋਂ ਇੱਕ ਸਰਗਰਮੀ ਵਿਖਾਈ ਗਈ ਸੀ ਉਹਨਾਂ ਨੇ ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਵੱਲੋਂ ਲਾਏ ਗਏ ਟੈਂਟ ਪੁੱਟ ਦਿੱਤੇ ਸੀ ਰਾਹ ਖਾਲੀ ਕਰ ਦਿੱਤਾ ਸੀ ਤੇ ਫਿਰ ਕਿਹਾ ਸੀ ਵੀ ਅੱਗੇ ਜਿਹੜੇ ਹੁਣ ਤੁਹਾਨੂੰ ਬੈਰੀਕੇਡਿੰਗ ਦਿਖ ਰਹੀ ਆ ਉਹ ਪੁਲਿਸ ਵਾਲਿਆਂ ਨੇ ਕੀਤੀ ਹੋਈ ਆ ਤੇ ਰਾਹ ਪੁਲਿਸ ਨੇ ਰੋਕੇ ਨੇ ਨਾ ਕਿ ਕਿਸਾਨਾਂ ਨੇ ਸੋ ਅੱਜ ਟਿੱਕਰੀ ਤੇ ਗਾਜ਼ੀਪੁਰ ਬਾਰਡਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਰਗਰਮੀ ਵਿਖਾਈ ਗਈ ਟਿੱਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਦਿੱਲੀ ਪੁਲਿਸ ਨੇ ਹਟਾ ਦਿੱਤੀ ਹੈ ਤੇ ਮੁੜ ਕੇ ਬਿਆਨ ਜਾਰੀ ਕੀਤਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨ ਵੀ ਹੁਣ ਇਸੇ ਤਰੀਕੇ ਇਹ ਰਾਹ ਖਾਲੀ ਕਰਨਗੇ ਤਾਂ ਜੋ ਲੋਕਾਂ ਨੂੰ ਸਹੂਲਤਾਂ ਪ੍ਰਾਪਤ ਹੋ ਸਕੇ